ਅੱਛਾ ਜੀ ਅਮ੍ਰਿਤਸਰ 에어ਪੋਰਟ ਤੋਂ ਖਬਰ ਆ ਰਹੀ ਆ ਜੀ ਅਮ੍ਰਿਤਸਰ 에어ਪੋਰਟ ਦੇ ਉੱਪਰ 92 ਲੱਖ ਦਾ ਸੋਨਾ ਫੜਿਆ ਗਿਆ ਆ ਦੁਬਈ ਤੋਂ ਪੇਸਟ ਬਣਾ ਕੇ ਸਰੀਰ ਦੇ ਉੱਪਰ ਚਿਪਕਾ ਕੇ ਜਿਹੜਾ ਉਹ ਲਿਆਂਦਾ ਸੀ ਤੇ ਕਸਟਮ ਵਿਭਾਗ ਨੇ ਦੋ ਮਾਮਲੇ ਦਰਜ ਕੀਤੇ ਆ ਲੋਕਾਂ ਨੂੰ ਕੀ ਹੋ ਗਿਆ ਵੀਰੋ ਮੈਂ ਤਾਂ ਹਰ ਵਾਰੀ ਕਹਿੰਨਾ ਕਿ ਕੀ ਕਿਹੜੇ ਕੰਮਾਂ 'ਚ ਪੈ ਗਏ ਆ ਸੋ ਪੰਜਾਬ ਦੇ ਅੰਮ੍ਰਿਤਸਰ ਦੇ ਕਸਟਮ ਵਿਭਾਗ ਨੇ ਦੋ ਦਿਨਾਂ ਦੇ ਵਿੱਚ 1.5 ਕਿਲੋ ਤੋਂ ਜ਼ਿਆਦਾ ਸੋਨਾ ਫੜਿਆ ਆ ਦੋਨੋਂ ਮਾਮਲਿਆਂ ਦੇ ਵਿੱਚ ਪੁਲਿਸ ਨੇ ਰੋਪੀਆਂ ਨੂੰ ਹਿਰਾਸਤ ਦੇ ਵਿੱਚ ਲੈ ਕੇ ਕਸਟਮ ਐਕਟ 1962 ਦੇ ਅੰਤਰਗਤ ਕਾਰਵਾਈ ਦੀ ਜਿਹੜੀ ਉਹ ਸ਼ੁਰੂਆਤ ਕਰਤੀ ਆ ਤੇ ਇਹਨਾਂ ਮਾਮਲਿਆਂ ਦੇ ਵਿੱਚ ਤਸਕਰ ਸੋਨੇ ਨੂੰ ਪੇਸਟ ਬਣਾ ਕੇ ਤਸਕਰੀ ਕਰ ਰਹੇ ਸੀ ਤਾਂ ਕਿ ਕਸਟਮ ਵਿਭਾਗ ਦੀ ਨਜ਼ਰ ਤੋਂ ਬਚਿਆ ਜਾ ਸਕੇ ਪਹਿਲਾ ਮਾਮਲਾ ਬੀਤੇ ਦਿਨ ਦਾ ਆ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮਦਾਸ ਜ ਤੇ ਉੱਪਰ ਜਿਹੜਾ ਕਸਟਮ ਵਿਭਾਗ ਨੇ 905.4 ਗ੍ਰਾਮ ਸੋਨੇ ਨੂੰ ਜ਼ਬਤ ਕੀਤਾ ਤੇ ਅੱਜ ਸੋਮਵਾਰ ਨੂੰ ਇੱਕ ਨਵਾਂ ਮਾਮਲਾ ਅੰਮ੍ਰਿਤਸਰ ਕਸਟਮ ਨੇ ਦਰਜ ਕੀਤਾ ਜਿੱਥੇ ਅੰਮ੍ਰਿਤਸਰ 에어ਪੋਰਟ ਤੋਂ 593 ਗ੍ਰਾਮ ਸੋਨੇ ਦੀ ਤਸਕਰੀ ਨੂੰ ਕਸਟਮ ਵਿਭਾਗ ਨੇ ਰੋਕਿਆ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ આરોપી ਦੁਬਈ ਦੀ ਫਲਾਈਟ ਤੋਂ ਅੰਮ੍ਰਿਤਸਰ ਪੁੱਜੇ ਸਿਗੇ ਇਹਨਾਂ ਦੋਨਾਂ ਮਾਮਲਿਆਂ 'ਚ ਸੋਨੇ ਦੀ ਪੇਸਟ ਬਣਾ ਕੇ ਸਰੀਰ ਦੇ ਸਰੀਰ 'ਚ ਛਿਪਾ ਲਿਆ ਗਿਆ ਸੀ ਲੇਕਿਨ ਜਦੋਂ ਕਸਟਮ ਵਿਭਾਗ ਨੇ ਮੁਸਤੈਦੀ ਦੇ ਨਾਲ ਚੈਕਿੰਗ ਕੀਤੀ ਤਾਂ ਸੋਨੇ ਦੀ ਤਸਕਰੀ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਸੋ 92 ਲੱਖ ਦਾ ਸ मामले ਵਿੱਚ سونے ਦਿੱਤ ਤਸ਼ਕਰੀ ਕਰਨ ਵਾਲੇ گروਹ ਦੇ ਬਾਰੇ ਅੱਗੇ ਦੀ ਕਾਰਵਾਈ ਕਰ ਰਹੀ ਆ ਜੋ ਸੋਨਾ ਦੋ ਦਿਨਾਂ ਚ ਫੜਿਆ ਗਿਆ ਹੈ ਉਹਦੀ ਕੁੱਲ ਵੈਲਿਊ 99.92 ਲੱਖ ਰੁਪਇਆ ਆ ਸੋ ਬਹੁਤ ਮਾੜੀ ਗੱਲ ਆ ਜੀ ਕਿਹੜੇ ਕੰਮਾਂ ਚ ਲੋਕੀ ਪੈ ਗਏ ਆ ਤੇ ਤੁਹਾਨੂੰ ਪਤਾ ਲੇ ਕੇ ਨਾ ਬਹੁਤ ਚੁਕੰਨੇ ਅੱਜ ਕੱਲ ਮਸ਼ੀਨਾਂ ਬਹੁਤ ਲੱਗੀਆਂ ਆ ਫੜਿਆ ਜਾਂਦਾ ਆ ਨਾ ਕਰਿਆ ਕਰੋ ਭਾਈ ਐਦਾਂ ਦੇ ਕੰਮ ਜਿਹੜੇ ਵੀ ਇਹਤਾਂ ਦੇ ਕੰਮ ਕਰਦੇ ਆ